ਨੇਸ਼ਨਵਾਈਡ ਪ੍ਰਵਿੰਸ ਜੀ ਗੱਲ ਕਰਦੇ ਜਾਈਏ ਗਮਗੀਨ ਮਾਹੌਲ ਆ ਇਸ ਟਾਈਮ ਏਸਟ ਦੇ ਉਹਨਾਂ ਸੂਬਿਆਂ ਦੇ ਵਿੱਚ ਜਿੱਥੇ ਹਰਿਕਨ ਹਲਨ ਨੇ ਤਬਾਹੀ ਜਿਹੜੀ ਉਹ ਮਚਾਈਆ ਜਿੱਤਰੋਂ ਜਿੱਤਰੋਂ ਵੀ ਹਰਿਕਨ ਨੇ ਚੱਕਰਵਾਤ ਲੰਘਿਆ ਆ ਉੱਥੇ ਉੱਥੇ ਤਬਾਹੀ ਦਾ ਹੀ ਮੰਜ਼ਰ ਪਿੱਛੇ ਹੋ ਛੱਟ ਕੇ ਗਿਆ ਆ ਹੁਣ ਤੱਕ 120 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਰਿਪੋਰਟ ਕੀਤੀਆਂ ਜਾ ਚੁੱਕੀਆਂ ਤੇ ਇਹ ਆંકડા ਵਧਣ ਦੀਆਂ ਕਿਆਸ ਰਹੀਆਂ ਦਸੀਆਂ ਜਾ ਰਹੀਆਂ ਸੈਂਕੜੇ ਲੋਕ ਅਜੇ ਵੀ ਲਾ ਪਤਾ ਨਹੀਂ ਲਖਾਈ ਲੋਕ ਬਿਜਲੀ ਤੋਂ ਬਗੈਰ ਨੇ ਪਿੰਡਾਂ ਦੇ ਪਿੰਡ ਕਸਬਿਆਂ ਦੇ ਕਸਬੇ ਕਹਿੰਦੇ ਆ ਵੀ ਉਹ ਰੁੜ ਗਏ ਨੇ ਸਭ ਤੋਂ ਜ਼ਿਆਦਾ ਜਿਹੜੇ ਮੰਦੇ ਹਾਲਾਤ ਨਾਰਥ ਕੈਰੋਲਿਨਾ ਤੇ ਸਾਊਥ ਕੈਰੋਲਿਨਾ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਐਸ਼ਵਲ ਜਿਹੜਾ ਇਲਾਕਾ ਉੱਥੇ ਕਹਿੰਦੇ ਵੀ ਮਰਨ ਵਾਲਿਆਂ ਦੀ ਸੰਖਿਆ ਕੁਝ ਹੀ ਜਿਹੜੇ ਆ ਇਹ ਚ ਆਲਰੇਡੀ 3 ਗੁਣਾ ਜਿਹੜੀ ਉਹ ਹੋ ਚੁੱਕੀ ਆ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਆ ਵੀ ਇੰਨਾ ਜ਼ਿਆਦਾ ਭਾਰੀ ਜਿਹੜੀ ਤਬਾਹੀ ਆ ਵੀ ਲੋਕਾਂ ਦੀਆਂ ਲਾਸ਼ਾਂ ਇਸ ਟਾਈਮ ਰੁੱਖਾਂ ਤੇ ਵਿੱਚ ਲਟਕ ਰਹੀਆਂ ਆ ਜਾਂ ਉਸ ਦੇ ਵਿੱਚ ਫਸੀਆਂ ਜਿਹੜੀਆਂ ਉਹ ਪਈਆਂ ਨੇ ਸੋ ਉਧਰ ਜਿਹੜੇ ਫਲੋਰੀडा ਦੇ ਗਵਰਨਰ ਨੇ ਉਹਨਾਂ ਨੇ ਕਿਹਾ ਆ ਵੀ ਸਾਡਾ ਸੂਬਾ ਹਾਲ ਦੀ ਘੜੀ ਠੀਕ ਆ ਅਸੀਂ ਆਪਣੇ ਪੱਧਰ ਦੇ ਉੱਤੇ ਸਭ ਕੁਝ ਠੀਕ ਕਰ ਰਹੇ ਆ ਤੇ ਜੇ ਲੋਡ ਪਈ ਤਾਂ ਅਸੀਂ ਫੈਡਰਲ ਕੋ ਜਿਹੜੇ ਉਹ ਮੰਗਾਗੇ ਜੇ ਕੁਝ ਲੋਡ ਪਈ ਪਰ ਕਹਿੰਦੇ ਵੀ ਅਸੀਂ ਵੀ ਕਹਿ ਰਹੇ ਹਾਂ ਵੀ ਤੁਸੀਂ ਸਦਰਨ ਕੈਰੋਲਿਨਾ ਤੇ ਨਦਰਨ ਕੈਰੋਲਿਨਾ ਨਾਰਥ ਕੈਰੋਲਿਨਾ ਇਨ੍ਹਾਂ ਸੂਬਿਆਂ ਦੇ ਵਿੱਚ ਜਿਹੜੀ ਰਾਹਤ ਆ ਉਹ ਕਲੀ ਜਾਵੇ ਕਿਉਂਕਿ ਉਹਨਾਂ ਨੂੰ ਇਸ ਟਾਈਮ ਸਭ ਤੋਂ ਵੱਧ ਜ਼ਰੂਰਤ ਹੈਗੀ ਆ ਜਾਰਜੀਆ ਦੇ ਜਿਹੜੇ ਗਵਰਨਰ ਬ੍ਰਾਇਨ ਕੈਂਪ ਉਹਨਾਂ ਨੇ ਜਿਹੜੀ ਕੱਲ ਹੀ ਰਾਸ਼ਟਰਪਤੀ ਬਾਈਡਨ ਦੇ ਨਾਲ ਗੱਲ ਕੀਤੀ ਸੀ ਪਰ ਅੱਜ 트ੰਪ ਉਹ ਨਹੀਂ ਉੱਥੇ ਜਾ ਕੇ ਇਹ ਕਹਿਣ ਲੱਗ ਗਏ ਵੀ ਬਾਈਡਨ ਹੁਣਾਂ ਨੇ ਉਹਨਾਂ ਦਾ ਫੋਨ ਨਹੀਂ ਆ ਚੁੱਕਿਆ ਹੈਗਾ ਜਿਸ ਗੱਲ ਦੀ ਬਾਅਦ ਵਿੱਚ ਬ੍ਰਾਇਨ ਕੈਂਪ ਨੇ ਪੁਸ਼ਟੀ ਕੀਤੀ ਵੀ ਨਹੀਂ ਮੇਰੀ ਗੱਲ ਉਹਦਣੇ ਹੀ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਜਿਹੜੀ ਉਹ ਹੋ ਚੁੱਕੀ ਸੀ ਉਹਨਾਂ ਨੇ ਕਿਹਾ ਸੀ ਵੀ ਜਿਓਸ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤਾ ਅਸੀਂ ਤੁਹਾਡੇ ਕੋਲ ਜਿਹੜਾ ਉਹ ਆ ਤੁਹਾਨੂੰ ਪੰਜਾ ਦੇਵਾਂਗੇ ਨੈਚਵਲ ਦੇ ਜਿਹੜੇ ਇੱਕ ਮਾਊਂਟੇਨ ਇਲਾਕੇ ਦੇ ਵਿੱਚ ਜਿੱਥੇ 8400 ਲੋਕ ਰਹਿੰਦੇ ਸੀ ਐਸ਼ਵਲ ਤੋਂ 12 ਮੀਲ ਦੂਰ ਆ ਉਹ ਕਹਿੰਦੇ ਪੂਰੇ ਦਾ ਪੂਰਾ ਜਿਹੜਾ ਸ਼ਹਿਰ ਆ ਜਾਂ ਪਿੰਡ ਕਹਿ ਲੋ ਰੁੜ ਕੇ ਇੱਕ ਲੇਕ ਦੇ ਵਿੱਚ ਜਾ ਕੇ ਜਿਹੜਾ ਉਹ ਸਮਾ ਗਿਆ ਇੰਨੇ ਜਿਹੜੇ ਆ ਖਤਰਨਾਕ ਹਾਲਾਤ ਬਣੇ ਪਏ ਆ ਕਹਿਣ ਵਾਲੇ ਤਾਂ ਇਹ ਵੀ ਦੱਸ ਰਹੇ ਆ ਵੀ ਜਿਹੜਾ ਹਰੀਕੇਨ ਪੈਟਰੀਨਾ ਜਦੋਂ ਆਇਆ ਸੀ ਜਦ ਉਸਨੇ ਲੂਜੀਆਨਾ ਦੇ ਵਿੱਚ ਨਿਊ ਔਰਲਿਂਸ ਦੇ ਵਿੱਚ ਬਹੁਤ ਭਾਰੀ ਤਬਾਹੀ ਮਚਾਈ ਸੀ ਉਸ ਤੋਂ ਵੀ ਮੰਦੇ ਹਾਲਾਤ ਇਸ ਟਾਈਮ ਇਨ੍ਹਾਂ ਸੂਬਿਆਂ ਦੇ ਵਿੱਚ ਬਣੇ ਪਏ ਹੈਗੇ ਆ ਮਡ ਸਲਾਈਡਸ ਹੋਈਆਂ ਆ ਰੋਡਵੇਸ ਜਿਹੜੀਆਂ ਉਹ ਟੁੱਟੀਆਂ ਪਈਆਂ ਬਿਜਲੀ ਤੋਂ ਬਿਨਾਂ ਨੇ ਲੋਕ ਉਹਨਾਂ ਲੋਕਾਂ ਦੇ ਲਈ ਤਾਂ ਹੋਰ ਵੀ ਜ਼ਿਆਦਾ ਮਾੜੇ ਹਾਲਾਤ ਨੇ ਜਿਨ੍ਹਾਂ ਨੂੰ ਮੈਡੀਕਲ ਉਪਕਰਨਾਂ ਦੇ ਲਈ ਪਾਵਰ ਦੀ ਜਿਹੜੀ ਬਿਜਲੀ ਦੀ ਜ਼ਰੂਰਤ ਹੋਊਗੀ ਜਾਂ ਜਿਨੂੰ ਕੋਈ ਬਹੁਤ ਜ਼ਿਆਦਾ ਜ਼ਰੂਰੀ ਦਵਾਈ ਦੀ ਜ਼ਰੂਰਤ ਹੋਊਗੀ ਸੋ ਇਸੇ ਲਈ ਇੱਕ ਯਾਸਰੀਆਂ ਲਾਈਆਂ ਜਾ ਰਹੀਆਂ ਆ ਵੀ ਮਰਨ ਵਾਲਿਆਂ ਦੀ ਸੰਖਿਆ ਹਾਲ ਦੀ ਘੜੀ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜੀ ਉਹ ਵੱਧ ਸਕਦੀ ਆ ਇਹ ਕਦੋਂ ਤੱਕ ਲੋਕ ਮੁੜ ਦੁਬਾਰਾ ਆਪਣੇ ਪੈਰਾਂ ਤੇ ਹੋ ਸਕਣਗੇ ਇਹ ਹਰ ਇੱਕ ਦੀ ਆਪੋ ਆਪਣੀ ਕਿਆਸ ਰਹੀ ਆ ਪਰ ਆਉਂਦੇ ਕਈ ਵੀਕ ਕਈ ਮਹੀਨਿਆਂ ਤੱਕ ਇਹੀ ਚਰਚਾ ਜਿਹੜੀ ਉਹ ਚੱਲੇਗੀ ਸੀਐਨਐਨ ਜਿਹੜਾ ਪ੍ਰਵਿੰਜੀ ਰਿਪੋਰਟ ਕਰ ਰਿਹਾ ਆ ਇਹਨਾਂ ਛੇਾਂ ਸੂਬਿਆਂ ਦੇ ਵਿੱਚ 128 ਜਾਣੇ ਘੱਟੋ ਘੱਟ ਹੁਣ ਤੱਕ ਜਿਹੜੇ ਆ ਉਹ ਮੌਤ ਦੀ ਘਾਟ ਉੱਤਰ ਚੁੱਕੇ ਨੇ ਜੀ ਅਗਲੀ ਖਬਰ ਦੇ ਵਾਲ ਵਧੀਆ ਤੇ ਅਗਲੀ ਖਬਰ ਵੀ ਇਸੇ ਤਰ੍ਹਾਂ ਹੀ ਆ ਜਿਹੜੀ ਕਿ ਕੁਦਰਤੀ ਕਰੋਪੀਆਂ ਦੇ ਨਾਲ-ਨਾਲ ਜਿਹੜੀਆਂ ਹੋਰ ਕਰੋਪੀਆਂ ਨੇ ਉਹਨਾਂ ਵੱਲ ਇਸ਼ਾਰਾ ਕਰਦੀ ਐ ਐਮਡੋਰ ਐਮਡੋਰ ਜਿਹੜੀ ਕਾਉਂਟੀ ਆ ਉੱਥੇ ਹੁਣ ਟਾਈਗਰ ਕਰੀਕ ਜਿਹੜੀ ਰੋਡ ਆ ਉਹ ਉਹਨਾਂ ਇਲਾਕਿਆਂ ਨੂੰ ਬੰਦ ਕਰਨਾ ਪਿਆ ਕਿਉਂਕਿ ਉੱਥੇ ਵਾਈਲਡ ਫਾਇਰ ਆ ਜਿਹੜੀ ਉਹ ਲਗਾਤਾਰ ਅੱਗੇ ਨੂੰ ਵੱਧ ਰਹੀ ਆ ਤੇ ਉਸ ਤੋਂ ਬਾਅਦ ਕਹਿੰਦੇ ਕਿ ਐਮਡੋਰ ਕਾਉਂਟੀ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਏਵੈਕੂਏਸ਼ਨ ਆਰਡਰ ਨੇ ਆਰਡਰ ਨੇ ਉਹ ਜਾਰੀ ਕਰਨੇ ਪਏ ਨੇ ਆ ਦੱਸਿਆ ਜਾ ਰਿਹਾ ਕਿ ਅ ਟਾਈਗਰ ਕਰੀਕ ਪਾਵਰ ਹਾਊਸ ਤੇ ਐਮਡੋਰ ਕਾਉਂਟੀ ਜਿਹੜੇ ਸ਼ੈਰਿਫ ਨੇ ਉਹਨਾਂ ਨੇ ਦੱਸਿਆ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸੇ ਕਰਕੇ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜਾ ਉਹ ਏਵੈਕੂਏਸ਼ਨ ਆਰਡਰ ਜਿਹੜੇ ਜਾਰੀ ਕੀਤੇ ਗਏ ਨੇ ਟਾਈਗਰ ਫਾਇਰ ਜਿਹੜੀ ਆ ਉਹ ਦੱਸਿਆ ਜਾ ਰਿਹਾ ਕਿ 1:18 ਮਿੰਟ ਦੇ ਉੱਤੇ ਸ਼ੁਰੂ ਹੋਈ ਸੀਗੀ ਟਾਈਗਰ ਕਰੀਕ ਰੋਡ ਦੇ ਇਲਾਕਿਆਂ ਦੇ ਵਿੱਚ ਜਿਹਨੂੰ ਜਿਹਦੇ ਤੇ ਕਾਬੂ ਪਾਉਣ ਦੇ ਲਈ ਕਾਫੀ ਮੁਸ਼ਕਲਤ ਕੀਤੀ ਗਈ ਤੇ ਟਾਈਗਰ ਕਰੀਕ ਪਾਵਰ ਹਾਊਸ ਜਿਹੜਾ ਉਹ ਹੌਲੀ-ਹੌਲੀ ਇਨ੍ਹਾਂ ਦੇ ਨੇੜੇ ਆ ਗਈ ਸੀ